ਵਿਆਹਤਾ ਦੇ ਨਾਲ ਉਸਦੇ ਹੀ ਜਾਣਕਾਰਾਂ ਦੇ ਵੱਲੋਂ ਦੁਸ਼ਕਰਮ ਕੀਤਾ ਗਿਆ। ਉਸਦੇ ਪਤੀ ਨੂੰ ਬੰਧਕ ਬਣਾ ਕੇ ਉਸਦੇ ਨਾਲ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਨੇ ਰੋਸ ਦੇ ਵਿੱਚ ਆ ਕੇ ਹਾਈਵੇ ਹੀ ਜਾਮ ਕਰ ਦਿੱਤਾ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਦੇ ਵਿੱਚ ਵੀ ਰੋਸ ਦੀ ਲਹਿਰ ਵੇਖਣ ਨੂੰ ਮਿਲੀ। ਘੰਟਿਆਂ ਬੱਧੀ ਹਾਈਵੇ ਜਾਮ ਕੀਤਾ ਗਿਆ। ਹਾਲਾਂਕਿ ਇਸ ਦੌਰਾਨ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉਹਨਾਂ ਵੱਲੋਂ ਇਹ ਜਾਮ ਲਗਾਇਆ ਗਿਆ। ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਮੁਲਜ਼ਮਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਘਟਨਾ ਹੁਸ਼ਿਆਰਪੁਰ ਦੇ ਟਾਂਡਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹੁਤਾ ਨੇ ਆਪਣੇ ਹੀ ਜਾਣਨ ਵਾਲੇ ਇੱਕ ਵਿਅਕਤੀ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲਗਾਏ ਨੇ। ਰੋਜ਼ ਦੇ ਵਿੱਚ ਪਿੰਡ ਦੇ ਲੋਕਾਂ ਨੇ ਮੁਕੇਰੀਆ ਨੈਸ਼ਨਲ ਹਾਈਵੇ ਘੰਟਿਆਂ ਬੱਧੀ ਜਾਮ ਕਰਕੇ ਰੱਖਿਆ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਕੋਈ ਵੀ ਕਾਰਵਾਈ ਇਸ ਬਾਬਤ ਨਹੀਂ ਕੀਤੀ, ਜਿਸ ਕਾਰਨ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਪੀੜਤਾ ਦਾ ਕਹਿਣਾ ਹੈ ਕਿ ਰਾਤ ਕਰੀਬ 1 ਵਜੇ ਮੁਲਜ਼ਮ ਆਪਣੇ ਕੁਝ ਸਾਥੀਆਂ ਸਮੇਤ ਉਸਦੇ ਘਰ ਦੇ ਵਿੱਚ ਵੜਿਆ। ਦੋ ਵਿਅਕਤੀਆਂ ਨੇ ਉਸਦੇ ਪਤੀ ਨੂੰ ਹਨੇਰੇ ਦੇ ਵਿੱਚ ਫੜ ਕੇ ਰੱਖਿਆ ਅਤੇ ਹਸਨ ਨਾਮਕ ਸ਼ਖਸ ਨੇ ਉਸਦੇ ਨਾਲ ਜ਼ਬਰਦਸਤੀ ਦੁਸ਼ਕਰਮ ਕੀਤਾ। ਪਤੀ ਵੱਲੋਂ ਸ਼ੋਰ ਮਚਾਉਣ ਤੇ ਇਹ ਸਾਰੇ ਵਿਅਕਤੀ ਫਰਾਰ ਹੋ ਗਏ। ਇਸ ਮੌਕੇ ਪੀੜਤਾ, ਉਸਦੇ ਪਤੀ ਤੇ ਪਿੰਡ ਵਾਸੀਆਂ ਦੇ ਵਿੱਚ ਰੋਸ ਦੀ ਲਹਿਰ ਵੇਖਣ ਨੂੰ ਮਿਲੀ ਤੇ ਇਨਸਾਫ ਦੀ ਗੁਹਾਰ ਲਗਾਈ ਗਈ। ਬੰਦੇ ਪੈ ਗਏ ਰਾਤ। ਕਦੋਂ? ਅੱਜ ਰਾਤ। ਅੱਛਾ, ਕੀ ਕੀਤਾ? ਪਹਿਲਾਂ 10:30 ਵਜੇ ਆਏ, ਉਦੋਂ ਇਹ ਆ ਗਏ ਸੀ, ਛੁਡਾ ਲਿਆ ਇਹਨਾਂ ਨੇ। ਫਿਰ ਰਾਤੀ 2 ਵਜੇ ਆਏ, ਫਿਰ ਉਹਨਾਂ ਨੇ ਗਲਤ ਕੰਮ ਕੀਤਾ। ਕਿੱਥੇ ਲੈ ਗਏ ਇਹ? ਲਾਗੇ ਪਰਾਲੀ ਵਿੱਚ ਚੱਲਦਾ ਸਾਡੇ ਲਾਗੇ। ਠੀਕ ਹੈ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਹਾਂ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ। ਬੱਚੇ ਛੋਟੇ ਛੋਟੇ ਸਾਡੇ, ਇੱਕ ਕੁੜੀ ਪੂਰੀ ਹੋਈ ਨਾ, 6 ਮਹੀਨਾ ਵੀ ਨਹੀਂ ਹੋਇਆ ਅਜੇ, 6 ਸਾਲ ਦੀ ਕੁੜੀ ਪੂਰੀ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆ ਸੀ ਸ਼ਹਿਰ, ਸਾਡੇ 10 ਵਜੇ ਇੱਕ ਬੰਦਾ ਮੇਰੇ ਜਨਾਨੀ ਦੇ ਘੋਲੇ ਪਿਆ, ਅਤੇ ਜਦੋਂ ਮੈਂ ਆਇਆ ਉਹ ਨੱਠ ਗਿਆ, ਅਤੇ ਮੈਂ ਉਹਨੂੰ ਕਿਹਾ ਮੈਂ ਤੈਨੂੰ ਮੈਂ ਪਛਾਣ ਲਿਆ। ਫਿਰ ਸਾਰੇ ਸਾਡੇ ਬੰਦੇ ਗੁੱਜਰ ਇਕੱਠੇ ਹੋ ਗਏ, ਫਿਰ ਅਸੀਂ ਉਹ ਇਕੱਠੇ ਹੋਏ। ਫਿਰ ਬਾਬਾ ਜੀ ਆਏ, ਮੈਂ ਉਹਨੂੰ ਕਿਹਾ ਬਾਬਾ ਜੀ ਇੱਦਾਂ ਦਾ ਮੰਡੀ 'ਚ ਮੁੰਡਾ ਰਹਿੰਦਾ ਆ, ਅਤੇ ਜਦੋਂ ਬਾਬਾ ਜੀ ਉਹਦੇ ਘਰ ਗਏ, ਮੁੰਡਾ ਘਰ ਰਹਿੰਦੇ ਸੀ, ਫਿਰ ਉਹਦੇ ਭਰਾ ਨੂੰ ਕਿਹਾ ਵੀ ਇਹ ਗੱਲ ਆ ਵੀ ਸਵੇਰੇ 6 ਵਜੇ ਬੰਦਾ ਪੇਸ਼ ਕਰਦੀ ਇੱਥੇ, ਉੱਥੇ ਕੁੜੀ ਨਾਲ ਬਾਬਾ ਨੇ ਹੱਥੀਂ ਪੈ ਗਿਆ ਆ। ਕਹਿੰਦਾ ਠੀਕ ਆ, ਮੁੜ ਕੇ ਅਸੀਂ ਆਪਣੇ ਘਰ ਸੌ ਗਏ। ਰਾਤੀ 2 ਵਜੇ 3 ਬੰਦੇ ਆਏ, ਇੱਕ ਨੇ ਮੇਰੇ ਡਾਂਡ ਰੱਖਿਆ, 2 ਬੰਦੇ ਮੇਰੀ ਜਨਾਨੀ ਨੂੰ ਪਰੇ ਲੈ ਕੇ ਬਲਾਤਕਾਰ ਕੀਤਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੇਰੀ ਮਾਂ ਕਰੋ, ਮੈਂ ਕੱਲ੍ਹ 2 ਵਜੇ ਦਾ ਬੈਠਾ, ਮੇਰੇ ਬੱਚੇ ਛੋਟੇ ਛੋਟੇ ਬੱਚੇ ਆ, ਮੇਰੇ ਕੁੜੀ ਗਾਣੇ ਹੋਇਆ, ਮੇਰੇ ਘਰ ਰੋਣ ਰੜਾ ਦੇ ਪਿਆ, ਮੇਰੇ ਨਾਲ ਦੂਜਾ ਉੱਪਰ ਹੋਇਆ, ਅੱਤਿਆਚਾਰ ਹੋ ਗਿਆ, ਮੇਰੇ ਸੁਣਦੇ ਨਹੀਂ ਪਏ, 2 ਵਜੇ ਦੇ ਬੈਠੇ ਆ, ਭੁੱਖੇ ਭਾਣੇ, ਮੇਰੇ ਡੰਗਰ ਧੁੱਪ ਦੇ ਬੱਧੇ ਆ, ਮੇਰੇ ਘਰ ਬੱਚੇ ਭੁੱਖੇ ਮਰ ਗਏ ਆ, 2 ਵਜੇ ਦੇ ਬੈਠੇ ਆ। ਪੁਲਿਸ ਵਾਲੇ ਕਹਿੰਦੇ ਹਸਪਤਾਲ ਜਾਓ, ਹਸਪਤਾਲ ਵਾਲੇ ਕਹਿੰਦੇ ਇੱਥੇ ਜਾਓ, ਹੁਣ ਕੁੜੀ ਹੈ ਕਿੱਥੇ ਆ? ਕੁੜੀ ਕਿੱਥੇ? ਉਹ ਬੇਹੋਸ਼ ਡਿੱਗੀ ਵਿਚਾਰੀ, ਉਹਨਾਂ ਦੀ ਲੜਕੀ ਸੀ, ਉਹਨੂੰ ਜ਼ਬਰਦਸਤੀ ਚੱਕ ਕੇ ਉਹਨਾਂ 4 ਬੰਦਿਆਂ ਨੇ ਬਲਾਤਕਾਰ ਕੀਤਾ। ਜਿਹੜੀ ਲੜਕੀ ਦੀ ਕੰਡੀਸ਼ਨ ਜਿਹੜੀ ਬਹੁਤ ਨਾਜ਼ੁਕ ਹੈ, ਉਹਦੀ ਸ਼ਿਕਾਇਤ ਲੈ ਕੇ ਪੁਲਿਸ ਕੋਲ ਗਏ ਬੰਦੇ, ਪੁਲਿਸ ਨੇ ਕੋਈ ਜਿਹੜੀ ਹੈ ਤਸੱਲੀ ਬਖਸ਼ ਜਵਾਬ ਦਿੱਤਾ, ਉਹਨਾਂ ਨੂੰ ਫੜਨ ਤੱਕ ਨਹੀਂ ਗਈ। ਉਸ ਲੜਕੀ ਦੇ ਨਾਲ, ਉਸ ਪਰਿਵਾਰ ਦੇ ਨਾਲ ਕੋਈ ਹਮਦਰਦੀ ਨਹੀਂ ਕੀਤੀ ਗਈ। ਇਸ ਕਰਕੇ ਅਸੀਂ ਇਲਾਕਾ ਪੱਧਰ 'ਤੇ ਇਸ ਜਿਹੜੀ ਧੱਕਾ ਹੋਇਆ ਉਹਦੇ ਖਿਲਾਫ ਰੋਡ ਜਾਮ ਕੀਤਾ। ਜਿੰਨੀ ਦੇਰ ਤੱਕ ਉਹ ਫੜੇ ਨਹੀਂ ਜਾਂਦੇ, ਜਿੰਨੀ ਦੇਰ ਤੱਕ ਪੁਲਿਸ ਇਸ 'ਤੇ ਬਹਿਦਾ ਕਰਦੀ, ਇਹ ਟ੍ਰੈਫਿਕ ਜਾਮ ਰਹੇਗੀ। ਸਾਨੂੰ ਕੁਛ ਵੀ ਕਰਨਾ ਪੈਦਾ, ਡਾਂਗਾਂ ਖਾਣੀਆਂ ਪੈਣ, ਡਾਂਗਾਂ ਮਾਰੀਆਂ ਪੈਣ, ਅਸੀਂ ਬਿਲਕੁਲ ਗਰੀਬਾਂ ਨਾਲ ਧੱਕਾ ਕਿਸੇ ਕੀਮਤ 'ਤੇ ਨਹੀਂ ਹੋਣ ਦੇਵਾਂਗੇ। ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਉਹ ਇਹੋ ਜਿਹੇ ਅਨਸਰ ਜਿਹੜੇ ਹੈ
ਜਾਂ ਆਪਣੇ ਪੁਲਿਸ ਅਫਸਰ ਹੈਗੇ ਜਿਹੜੇ ਆ ਉਹਨਾਂ ਨੂੰ ਸਖ਼ਤ ਤਾੜਨਾ ਕਰਨ ਤਾਂ ਕਿ ਉਹ ਫੜ ਕੇ ਲਿਆ ਕੇ ਜੇਲ੍ਹ ਦੇ ਵਿੱਚ ਡੱਕੇ ਜਾਣ, ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।